ਰੰਗਾਂ ਦਾ ਮਿਸ਼ਰਣ ਕਰਨਾ। ਸਮੱਗਰੀ: ਇੱਕ ਗੱਤੇ ਦਾ ਟੁਕੜਾ, ਰੰਗਦਾਰ ਪਾਰਦਰਸ਼ੀ ਕਾਗਜ਼, ਗੂੰਦ। ਇੱਕ ਗੱਤੇ ਦੇ ਟੁਕੜੇ ਵਿੱਚ 3 ਜਗ੍ਹਾ ਵੱਡੇ ਛੇਕ ਕਰੋ। ਛੇਕਾਂ ਦੇ ਆਸ-ਪਾਸ ਗੂੰਦ ਲਗਾਓ। ਹੁਣ ਛੇਕਾਂ ਉੱਪਰ ਰੰਗਦਾਰ ਪਾਰਦਰਸ਼ੀ ਕਾਗਜ਼ ਦੇ ਵੱਖ-ਵੱਖ ਰੰਗਾਂ ਦੇ ਟੁਕੜੇ ਚਿਪਕਾਓ। ਇਸ ਨੂੰ ਰੋਸ਼ਨੀ ਵਿੱਚ ਲੈ ਕੇ ਜਾਓ। ਜੇ ਤੁਸੀਂ ਨੀਲੇ ਕਾਗਜ਼ ਨੂੰ ਪੀਲੇ ਕਾਗਜ਼ ਉੱਪਰ ਰੱਖ ਕੇ ਦੇਖੋਗੇ ਤਾਂ ਹਰਾ ਰੰਗ ਨਜ਼ਰ ਆਵੇਗਾ। ਜੇ ਤੁਸੀਂ ਨੀਲੇ ਕਾਗਜ਼ ਨੂੰ ਲਾਲ ਕਾਗਜ਼ ਉੱਪਰ ਰੱਖਦੇ ਦੇਖੋਗੇ ਤਾਂ ਜਾਮਨੀ ਰੰਗ ਨਜ਼ਰ ਆਵੇਗਾ। ਜੇਕਰ ਤੁਸੀਂ ਲਾਲ ਉੱਪਰ ਪੀਲੇ ਰੰਗ ਦਾ ਕਾਗਜ਼ ਰੱਖੋਗੇ ਤਾਂ ਸੰਤਰੀ ਰੰਗ ਨਜ਼ਰ ਆਵੇਗਾ। ਜੇ ਤੁਸੀਂ ਕਈ ਰੰਗਾਂ ਦਾ ਫੁੱਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀਆਂ 2 ਡਿਸਕਾਂ ਵਿੱਚ ਵੱਖ-ਵੱਖ ਰੰਗ ਦੇ ਕਾਗਜ਼ ਲਗਾਓ ਅਤੇ ਇਹਨਾਂ ਨੂੰ ਇੱਕ ਦੂਜੇ ਨਾਲ ਬਟਨ ਨਾਲ ਲਗਾ ਦਿਓ। ਜੇ ਤੁਸੀਂ ਇੱਕ ਡਿਸਕ ਨੂੰ ਦੂਜੀ ਡਿਸਕ ਉੱਪਰ ਘੁਮਾ ਸਕੋ, ਤੁਸੀਂ ਵੱਖ-ਵੱਖ ਰੰਗਾਂ ਦਾ ਇੱਕ